ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ੇ ਕਿ ਇਹ ਦੋ ਚੀਜ਼ਾਂ ਅਲਮਾਰੀ ਵਿੱਚ ਕਦੀ ਨਾ ਰੱਖੋ ਇਹ ਤੁਹਾਡੀ ਜ਼ਿੰਦਗੀ ਦੀ ਸਾਰੀ ਬਰਕਤ ਨੂੰ ਖਾ ਜਾਂਦੀਆਂ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਆਪਾਂ ਸਾਂਝ ਪਾਉਨੇ ਦੋ ਚੀਜ਼ਾਂ ਨੂੰ ਆਪਣੀ ਅਲਮਾਰੀ ਜਾਂ ਪਰਸ ਦੇ ਵਿੱਚ ਨਾ ਰੱਖੋ ਇਸ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਸਭ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਆਂ ਜਿੰਨਾ ਬਾਰੇ ਆਪਾਂ ਨੂੰ ਪਤਾ ਤਾਂ ਨਹੀਂ ਹੁੰਦਾ ਪਰ ਆਪਾਂ ਕਰੇ ਜਾਂਦੇ ਪਰ ਉਹ ਗਲਤੀਆਂ ਆਪਣਾ ਬਹੁਤ ਨੁਕਸਾਨ ਕਰਦੀਆਂ ਨੇ ਆਪਾਂ ਉਸ ਚੀਜ਼ ਤੋਂ ਅਣਜਾਨ ਹੁੰਨੇ ਕਈ ਲੋਕਾਂ ਨੂੰ ਤਾਂ ਪਤਾ ਵੀ ਹੁੰਦਾ ਕਿ ਆਪਾਂ ਗਲਤ ਕਰ ਰਹੇ ਹਾਂ ਤੇ ਐਵੇਂ ਕਰਨ ਨਾਲ ਸਾਡਾ ਕਿੰਨਾ ਵੱਡਾ ਨੁਕਸਾਨ ਹੋਈ ਜਾਂਦਾ ਪਰ ਫਿਰ ਵੀ ਲੋਕ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ ਰਾਸ ਨਹੀਂ ਆਉਂਦੇ ਉਹਨਾਂ ਗਲਤੀਆਂ ਨੂੰ ਦਰਉਂਦੇ ਰਹਿੰਦੇ ਨੇ ਦੋ ਵਾਰਾ ਦੋ ਵਾਰਾ ਉਹ ਕੰਮ ਕਰਦੇ ਰਹਿੰਦੇ ਨੇ ਤੇ ਹਾਨੀ ਉਠਾਉਂਦੇ ਰਹਿੰਦੇ ਨੇ ਫਿਰ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਆਂ ਵੀ ਇਹ ਚੀਜ਼ਾਂ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖੋ ਜੋ ਇਹ ਚੀਜ਼ਾਂ ਰੱਖਦੇ ਨੇ ਉਹਨਾਂ ਦੇ ਕਰੋ ਰਿਜਕ ਬਰਕਤ ਹੌਲੀ ਹੌਲੀ ਖੰਬਲਾ ਕੇ ਤੇ ਉੱਡ ਜਾਂਦਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਟਿਕਦਾ ਫਿਰ ਆਪਾਂ ਰੋਣਾ ਰੋਨੇ ਆ ਘਰ ਪੈਸਾ ਨਹੀਂ ਟਿਕਦਾ ਜੇ ਰੁਪਏ ਆ ਵੀ ਜਾਣ ਤੇ ਪਾਣੀ ਦੀ ਤਰ੍ਹਾਂ ਵਹਿ ਜਾਂਦੇ ਕੁਝ ਰੋਗਾਂ ਦੇ ਰੂਪ ਵਿੱਚ ਤੇ ਕੋਈ ਅਣਜਾਣ ਖਰਚ ਦੇ ਰੂਪ ਵਿੱਚ ਘਰ ਵਿੱਚ ਰੁਕਦਾ ਹੀ ਨਹੀਂ ਪੈਸਾ ਜੋ ਮਨੁੱਖ ਆਪਣੇ ਹੱਥੀਂ ਕਿਰਤ ਕਰਦਾ ਆਪ ਕਮਾਉਂਦਾ ਉਹਨੂੰ ਹੀ ਪੈਸੇ ਦੀ ਕਦਰ ਹੁੰਦੀ ਜੋ ਲੋਕ ਦੂਜਿਆਂ ਦੀ ਕਿਰਤ ਤੋਂ ਖਾਂਦੇ ਨੇ ਉਹ ਆਮ ਹੀ ਵੇਖਿਆ ਪੈਸਿਆਂ ਦੀ ਕਦਰ ਨਹੀਂ ਕਰਦੇ ਤੇ ਜਿੰਨਾ ਹੱਥ ਆਉਂਦਾ ਪਾਣੀ ਦੀ ਤਰ੍ਹਾਂ ਉਹਨੂੰ ਵਹਾ ਦਿੰਦੇ ਨੇ ਮਿਹਨਤ ਵੀ ਕੀਤੀ ਕੀਰਤ ਕੀਤੀ ਪਰ ਪਾਣੀ ਦੀ ਤਰ੍ਹਾਂ ਵਹਿ ਜਾਏ ਤਾਂ ਫਿਰ ਅਫਸੋਸ ਹੁੰਦਾ ਜੋ ਦੋ ਚੀਜ਼ਾਂ ਅਲਮਾਰੀ ਜਾਂ ਪਰਸ ਵਿੱਚ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਵਿੱਚੋਂ ਪਹਿਲੀ ਚੀਜ਼ ਹੈ ਉਧਾਰ ਦੇ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਰਸ ਵਿੱਚ ਕਦੇ ਨਾ ਰੱਖੋ ਉਧਾਰ ਲੈ ਕੇ ਰੱਖੇ ਪੈਸੇ ਇਹਨਾਂ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਜਿੰਨੇ ਮਰਜ਼ੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਹੀ ਨਹੀਂ ਲੱਗਦਾ ਉਧਾਰ ਲਈ ਪੈਸੇ ਜਿਸ ਜ਼ਰੂਰਤ ਲਈ ਲਈ ਨੇ ਉਹ ਲੋਨ ਨੂੰ ਉਸ ਨਾਲ ਜਲਦ ਤੋਂ ਜਲਦ ਪੂਰਾ ਕਰੋ ਜਲਦ ਤੋਂ ਜਲਦ ਖਰਚ ਕਰ ਦੋ ਤੇ ਜਿਸ ਤੋਂ ਪੈਸੇ ਲਏ ਨੇ ਜਿੰਨੀ ਜਲਦੀ ਹੋ ਸਕੇ ਉਸਤੇ ਪੈਸੇ ਉਸ ਨੂੰ ਮقرਰ ਤਰੀਕ ਤੇ ਉਸ ਨੂੰ ਪੈਸੇ ਵਾਪਸ ਕਰ ਦੋ ਦੂਜੀ ਚੀਜ਼ ਜੋ ਆਪਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਵਿੱਚ ਨਹੀਂ ਰੱਖਣੀ ਉਹ ਹੈ ਪਾਟੇ ਪੁਰਾਣੇ ਕਾਗਜ਼ ਦਵਾਈਆਂ ਪਾਟੇ ਪੁਰਾਣੇ ਨੋਟ ਇਹਨਾਂ ਚੀਜ਼ਾਂ ਨੂੰ ਆਪਣੇ ਪਰਸ ਤੇ ਅਲਮਾਰੀ ਵਿੱਚ ਇਕੱਠੇ ਕਰਕੇ ਨਾ ਰੱਖੋ ਇਸ ਨਾਲ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਬੇਬਰਕਤੀ ਘਰ ਵਿੱਚ ਆਉਂਦੀ ਕੂੜਾ ਹਮੇਸ਼ਾ ਦਲਿੱਦਰ ਦਾ ਘਾਰੀ ਹੁੰਦਾ ਸਾਧ ਸੰਗਤ ਜੀ ਰਾਤ ਨੂੰ ਕੀਰਤਨ ਸੋਲੇ ਦਾ ਪਾਠ ਜ਼ਰੂਰ ਕਰੋ ਤੇ ਰਾਤ ਨੂੰ ਜਲਦੀ ਸੌਵੋ ਸਵੇਰੇ ਉੱਠ ਦਿਨ ਦੀ ਸ਼ੁਰੂਆਤ ਸ਼ੁਕਰਾਨੇ ਤੋਂ ਕਰੋ ਸ਼ੁਕਰਾਨਾ ਮਨੁੱਖ ਦੀ ਗਰੀਬੀ ਕੱਟ ਦਿੰਦਾ ਵਾਹਿਗੁਰੂ ਦੇ ਨਾਮ ਤੋਂ ਕਰੋ ਕੰਮ ਦੀ ਸ਼ੁਰੂਆਤ ਜਦੋਂ ਵਾਹਿਗੁਰੂ ਦੇ ਨਾਮ ਤੋਂ ਕਰੋਗੇ ਦੇਖਿਓ ਪਰਮਾਤਮਾ ਹਰ ਕੰਮ ਵਿੱਚ ਫਿਰ ਬਰਕਤ ਫਰਮਾਉਣਗੇ ਕਰ ਜੇ ਘਰ ਤੰਗੀਏ ਲੜਾਈ ਝਗੜੇ ਨੇ ਉੱਠਦੇ ਬੈਠਦੇ ਵਾਹਿਗੁਰੂ ਵਾਹਿਗੁਰੂ ਕਰੋ ਪਹਾੜ ਜਿੰਨਾ ਵੀ ਸਿਰ ਤੇ ਕਰਜ਼ਾ ਹੈ ਨਾ ਉਹ ਵੀ ਲੈ ਜਾਵੇਗਾ ਕਿਉਂਕਿ ਜੋ ਅੰਮ੍ਰਿਤ ਵੇਲੇ ਉੱਠ ਵਾਹਿਗੁਰੂ ਦਾ ਨਾਮ ਲੈਂਦਾ ਹੈ ਘਰ ਦੇ ਬੂਹੇ ਖੋਲਦਾ ਹੈ ਕਹਿੰਦੇ ਉੱਥੇ ਹਮੇਸ਼ਾ ਖੁਸ਼ੀਆਂ ਤੇ ਬਰਕਤ ਵਾਸ ਕਰਦਾ ਕਿਹਾ ਜਾਂਦਾ ਹੈ ਹਰ ਕਿਸੇ ਦਾ ਰਿਜਕ हिस्से वंडी अमृत वेले ओस्ते ਘਰ ਪਹੁੰਚ ਜਾਂਦਾ ਪਰ ਆਪਣੇ ਬੂਹੇ ਬੰਦ ਤੇ ਕੋੜੇ ਵਿੱਚ ਸੁੱਤੇ ਹੁੰਨੇ ਫਿਰ ਕਿੱਥੋਂ ਬਰਕਤ ਆਉਣੀ ਹੈ ਕਿੱਥੋਂ ਸਾਡੇ ਤੇ ਮਿਹਰ ਹੋਣੀ ਹੈ ਜਿਸ ਘਰ ਲੜਾਈ ਝਗੜੇ ਝੂਠ ਤੇ ਝੂਠ ਹੋਵੇ ਉਥੇ ਕਦੇ ਵੀ ਬਰਕਤ ਨਹੀਂ ਆਉਂਦੀ ਉਹ ਹਮੇਸ਼ਾ ਖਾਲੀ ਰਹਿ ਜਾਂਦੇ ਨੇ ਜੋ ਰਾਤਾਂ ਨੂੰ ਬੇਵਜਾ ਜਾਗਦੇ ਨੇ ਤੇ ਦਿਨ ਵਿੱਚ ਸੌਂਦੇ ਨੇ ਆਪਣੀ ਸਿਹਤ ਤੇ ਕਰਮ ਦੋਵੇਂ ਵਿਗਾੜਦੇ ਨੇ ਹਰ ਚੀਜ਼ ਤੋਂ ਫਿਰ ਉਹ ਵਾਂਝੇ ਤੇ ਖਾਲੀ ਰਹਿ ਜਾਂਦੇ ਨੇ ਜੋ ਕਿਰਤ ਕਰ ਇਮਾਨਦਾਰੀ ਨਾਲ ਪਰਿਵਾਰ ਪਾਲਦੇ ਨੇ ਇਹ ਵੀ ਇੱਕ ਸੇਵਾ ਭਗਤੀ ਹੈ ਜੋ ਇਮਾਨਦਾਰੀ ਦੀ ਕਿਰਤ ਕਰਦਾ ਜੋ ਪਸੀਨਾ ਤੁਹਾਡਾ ਵਹਿੰਦਾ ਉਹ ਹਰ ਬੂੰਦ ਤੁਹਾਡੇ ਗੁਨਾਹ ਮਾਫ ਕਰ ਰਹੀ ਹੁੰਦੀ ਕਿਰਤ ਕਰੋ ਇਮਾਨਦਾਰੀ ਹਰ ਸ਼ੈ ਆਵੇਗੀ ਤੁਹਾਡੇ ਕੰਮ ਜੋ ਤੁਸੀਂ ਪਰਮਾਤਮਾ ਤੋਂ ਮੰਗਦੇ ਹੋ ਨਾ ਉਹ ਹਰ ਤੁਹਾਡੇ ਅਰਦਾਸ ਕਬੂਲ ਹੋ ਕੇ ਫਿਰ ਸੁਖ ਹੋਣਗੇ ਕਿਰਤ ਕਰ ਅੱਗੇ ਵਧੋ ਦਲਿੱਦਰ ਕਰੋ ਕੱਢੋ ਪਰ ਇਮਾਨਦਾਰੀ ਨਾਲ ਨਾ ਹੀ ਕਦੇ ਕਿਸੇ ਅੱਗੇ ਹੱਥ ਅਡੋ ਤੇ ਨਾ ਹੀ ਮੰਗੋ ਹਰ ਚੀਜ਼ ਕਮਾਓ ਪਰ ਇਮਾਨਦਾਰੀ ਨਾਲ ਪਰਮਾਤਮਾ ਤੁਹਾਡੀ ਜ਼ਰੂਰ ਬਾਂਫੜਨਗੇ ਦਿਮਾਗ ਨੂੰ ਚੰਗੀ ਮੱਤ ਦਵੋ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਵੋ ਇੱਕ ਵਾਰ ਨਾ ਇੱਕ ਸੰਤ ਫਕੀਰ ਨਾ ਇੱਕ ਥਾਂ ਤੇ ਜਦੋਂ ਉਹਨਾਂ ਦਾ ਸਮਾਂ ਲੱਗਦਾ ਸੀ ਕਹ ਲੋ ਮਹੀਨੇ 2 ਮਹੀਨੇ ਬਾਅਦ ਉਥੇ ਜਾਇਆ ਕਰਦੇ ਸੀ ਜਦੋਂ ਉੱਥੇ ਜਾਂਦੇ ਸੀ ਨਾ ਤਾਂ ਪਰਮਾਤਮਾ ਨਾਲ ਆਪਣੇ ਵਿਚਾਰ ਵਟਾਂਦਰੇ ਕਰਕੇ ਆਉਂਦੇ ਸੀ ਕਹਿੰਦੇ ਅੱਜ ਜਦੋਂ ਫਕੀਰ ਬਾਬਾ ਕਿਤੇ ਉੱਥੇ ਜਾਂਦੇ ਸੀ ਨਾ ਤੇ ਰਸਤੇ ਵਿੱਚ ਦੇਖਦੇ ਆ ਵੀ ਇੱਕ ਟੁੱਟਾ ਜਿਹਾ ਘਰ ਤੇ ਉਹਦੇ ਬਾਹਰ ਨਾਲ ਇੱਟਾਂ ਦੇ ਉੱਤੇ ਇੱਕ ਮਨੁੱਖ ਬੈ ਕੇ ਤੇ ਆਪੇ ਬੜਬੜਾਣ ਦੇ ਸੰਤ ਫਕੀਰ ਕੋਲੋਂ ਲੰਗੇ ਪੁੱਛਿਆ ਭਲੇ ਪੁਰਖਾ ਕੀ ਹੋਇਆ ਤੇਨੂੰ ਕਿਸ ਗੱਲ ਦਾ ਰੋਸ ਪ੍ਰਗਟ ਕਰਨ ਦੇ ਤਾਂ ਅਗੋਂ ਨੇ ਕਿਹਾ ਵੀ ਮੈਂ ਨਾ ਆਪਣੀ ਗਰੀਬੀ ਤੋਂ ਬੜਾ ਜ਼ਿਆਦਾ ਤੰਗ ਆ ਮੈਨੂੰ ਸਮਝ ਨਹੀਂ ਆਉਂਦਾ ਵੀ ਪਰਮਾਤਮਾ ਨੇ ਮੈਨੂੰ ਇੰਨਾ ਗਰੀਬ ਕਿਉਂ ਬਣਾ ਦਿੱਤਾ ਸੰਤ ਫਕੀਰ ਨੂੰ ਪੁੱਛਦਾ ਬਾਬਾ ਜੀ ਤੁਸੀਂ ਕਿੱਥੇ ਚੱਲੇ ਅਗੋ ਸੰਤ ਫਕੀਰ ਨੇ ਕਿਹਾ ਫੁਲਾਣੀ ਥਾ ਪਰਮਾਤਮਾ ਆਉਂਦੇ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚੱਲਾ ਮਨ ਦੇ ਕੁਝ ਸਵਾਲ ਨੇ ਕੁਝ ਫੁਰਨੇ ਨੇ ਉਹਨਾਂ ਦਾ ਜਵਾਬ ਲੈਣ ਚੱਲਾ ਕਹਿੰਦੇ ਸੰਤ ਜੀ ਫਿਰ ਐਵੇਂ ਕਰਿਓ ਵੀ ਤੁਸੀਂ ਉੱਥੇ ਚੱਲੇ ਹੋ ਨਾ ਪੁੱਛ ਕੇ ਆਇਓ ਵੀ ਮੈਂ ਇੰਨਾ ਗਰੀਬ ਕਿਉਂ ਹਾਂ ਤੇ ਗਰੀਬੀ ਕਦੋਂ ਕੱਟੀ ਜਾਣੀ ਕਹਿੰਦੇ ਜੀ ਠੀਕ ਹੈ ਆਪਣੇ ਸਵਾਲ ਪੁੱਛਣੇ ਨੇ ਨਾਲ ਤੇਰਾ ਵੀ ਪੁੱਛ ਲਾਂਗੇ ਇੰਨਾ ਕਹਿ ਕੇ ਤੇ ਚਲੇ ਗਏ ਹੁਣ ਜਦੋਂ ਅੱਗੇ ਜਾਂਦੇ ਨੇ ਨਾ ਇੱਕ ਬੜਾ ਸਾਰਾ ਆਲੀਸ਼ਾਨ ਮਹਿਲ ਹੁੰਦਾ ਆਲੀਸ਼ਾਨ ਮਹਿਲ ਦੇ ਅੱਗੇ ਇੱਕ ਬੜੇ ਸੁਨੇ ਵਸਤਰ ਪਾ ਕੇ ਕਮਣੋ ਉੱਚੀ ਉੱਚੀ ਬੋਲਣਦਿਆਂ ਇੰਜ ਕਰ ਲੋ ਉਹ ਕਰ ਲੋ ਆ ਛੇਤੀ ਕਰੋ ਆ ਫੜਾਓ ਸੰਤ ਫਕੀਰ ਨੂੰ ਕਹਿੰਦੇ ਵੀ ਭਾਈ ਰੋਲਾ ਕਿਉਂ ਪਾਉਂਦਾ ਪਿਆ ਕਹਿੰਦਾ ਜੀ ਮੈਨੂੰ ਪਰਮਾਤਮਾ ਨੇ ਇੰਨੀ ਜ਼ਿਆਦਾ ਧਨ ਦੌਲਤ ਦਿੱਤੀ ਹੈ ਨਾ ਮੈਂ ਚ ਉਹਨਾਂ ਸਾਰੀ ਧਨ ਦੌਲਤ ਸਵਾਹ ਹੋ ਜੇ संत फकीर ਸੁਣ ਕੇ ਬੜੇ ਜ਼ਿਆਦੇ ਹੈਰਾਨ ਪਰੇਸ਼ਾਨ ਹੋ ਗਏ ਲੋਕ ਤਾਂ ਧਨ ਦੌਲਤ ਮੰਗਦੀ ਆ ਤੂੰ ਪਹਿਨਾ ਜੋ ਤੂੰ ਕਹਿੰਨਾ ਵੀ ਸਵਾਹ ਹੋ ਜੇ ਕਹਿੰਦੇ ਸੰਤ ਫਕੀਰ ਜੀ ਐਨੀ ਜ਼ਿਆਦੀ ਧਨ ਦੌਲਤ ਹੈ ਨਾ ਸਮਝ ਨਹੀਂ ਆਉਂਦਾ ਕਿੱਥੇ ਰੱਖਾਂ ਕੀ ਕਰਾਂ ਧਨ ਦੌਲਤ ਕਰਕੇ ਪਰੇਸ਼ਾਨੀਆਂ ਆਈਆਂ ਪਈਆਂ ਨੇ ਤਾਂ ਮੈਂ ਚਾਹੁੰਨਾ ਵੀ ਇਹ ਸਵਾਹ ਹੋ ਜੇ ਕਹਿੰਦੇ ਤੁਸੀਂ ਕਿੱਥੇ ਚੱਲਿਓ ਫਕੀਰ ਬਾਬੇ ਨੇ ਕਿਹਾ ਜੀ ਮੈਂ ਨਾ ਸਾਹਮਣੇ ਉੱਥੇ ਪਰਮਾਤਮਾ ਆਉਂਦੇ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਚੱਲਣਾ ਕਹਿੰਦੇ ਫਿਰ ਪਰਮਾਤਮਾ ਤੋਂ ਪੁੱਛ ਕੇ ਆਇਓ ਵੀ ਮੈਂ ਕਦੋਂ ਗਰੀਬ ਹੋਵਾਂਗਾ ਕਹਿੰਦੇ ਠੀਕ ਹੈ ਹੁਣ ਸੰਤ ਫਕੀਰ ਉੱਥੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਪਰਮਾਤਮਾ ਨਾਲ ਆਪਣੀਆਂ ਜੋ ਮਨ ਦੇ ਬਲਵਲੇ ਸਨ ਉਹ ਪੁੱਛਨੇ ਨੇ ਪਰਮਾਤਮਾ ਉਹਨਾਂ ਦਾ ਜਵਾਬ ਦੇ ਦਿੰਦੇ ਫਿਰ ਯਾਦ ਹੁੰਦਾ ਕਹਿੰਦੇ ਪਰਮਾਤਮਾ ਤੇਰੇ ਦੋ ਸ਼ਖਸ਼ ਨੂੰ ਰਾਤ ਚ ਮਿਲੇ ਸੀ ਉਹਨਾਂ ਦੇ ਸਵਾਲ ਨੇ ਪਰਮਾਤਮਾ ਕਹਿੰਦੇ ਪੁੱਛੋ ਕਹਿੰਦੇ ਪਹਿਲਾ ਮਿਲਿਆ ਸੀ ਉਹ ਕਹਿੰਦਾ ਸੀ ਵੀ ਮੈਂ ਗਰੀਬ ਕਦੋਂ ਹੋਵਾਂਗਾ ਵੀ ਮੇਰੇ ਕੋਲ ਇੰਨੀ ਧਨ ਦੌਲਤ ਹੈ ਵੀ ਮੈਂ ਗਰੀਬ ਕਦੋਂ ਹੋਵਾਂਗਾ ਮੈਂ ਇਹ ਧਨ ਦੌਲਤ ਚਾਹੁੰਦਾ ਨਹੀਂ ਪਰਮਾਤਮਾ ਕਹਿੰਦੇ ਉਹਨੂੰ ਕਹੀਂ ਜਿਹੜਾ ਸਵੇਰੇ ਉੱਠ ਕੇ ਤੂੰ ਸ਼ੁਕਰਾਨਾ ਕਰਨਾ ਨਾ ਮੇਰਾ ਉਹ ਛੱਡ ਦੇ ਤੇ ਹਰ ਇੱਕ ਚੀਜ਼ ਲਈ ਜੋ ਸ਼ੁਕਰਾਨਾ ਕਰਨ ਦੀ ਤੇਰੀ ਆਦਤਾਂ ਉਹ ਛੱਡ ਦੇ ਤੂੰ ਆਪੇ ਗਰੀਬ ਹੋ ਜਾਏਗਾ ਕਹਿੰਦੇ ਦੂਜਾ ਬਾਲਾ ਗਰੀਬ ਸੀ ਉਹ ਕੀ ਕਰੇ ਕਹਿੰਦੇ ਉਹਨੂੰ ਕਹੀਂ ਸਵੇਰੇ ਉੱਠ ਕੇ ਜੋ-ਜੋ ਤੇਰੇ ਕੋਲ ਚੀਜ਼ ਹੈਗੀ ਹੈ ਤੇਰਾ ਸਰੀਰ ਹੈ ਘਰ ਜੋ ਵੀ ਚੀਜ਼ ਹੈ ਉਹਦੇ ਲਈ ਸ਼ੁਕਰਾਨਾ ਕਰਨਾ ਆਰੰਭ ਕਰ ਤੇ ਗਿਲੇਸ਼ਿਕਵੇ ਕਰਨੇ ਬੰਦ ਕਰ ਦੇ ਤੇ ਉਹ ਅਮੀਰ ਹੋ ਜਾਏਗਾ ਹੁਣ ਉਹ ਜੋ ਸੀ ਫਕੀਰ ਬਾਬਾ ਉੱਥੋਂ ਚੱਲ ਕੇ ਤੇ ਵਾਪਸ ਆਇਆ ਪਹਿਲਾਂ ਉਸ ਮਨੁੱਖ ਕੋ ਲੈ ਜੋ ਅਮੀਰ ਸੀ ਆ ਕਹਿੰਦੇ ਹਾਂਜੀ ਬਾਬਾ ਦੱਸੋ ਵੀ ਕਿਵੇਂ ਗਰੀਬ ਹੋਵਾਂਗਾ ਕਹਿੰਦੇ ਪਰਮਾਤਮਾ ਨੇ ਕਿਹਾ ਵੀ ਜੇ ਜਿਹੜਾ ਸਵੇਰੇ ਉੱਠ ਕੇ ਤੂੰ ਸ਼ੁਕਰਾਨਾ ਕਰਨਾ ਹੈ ਨਾ ਉਹ ਬੰਦ ਕਰ ਦੇ ਤੇ ਹਰ ਚੀਜ਼ ਦਾ ਸ਼ੁਕਰਾਨਾ ਅਦਾ ਕਰਨਾ ਬੰਦ ਕਰ ਦੇ ਤੂੰ ਗਰੀਬ ਹੋ ਜਾਵੇਂਗਾ ਕਹਿੰਦਾ ਫਕੀਰ ਬਾਬਾ ਕਿਵੇਂ ਦੀਆਂ ਗੱਲਾਂ ਕਰਦੇ ਹੋ ਪਰਮਾਤਮਾ ਨੇ ਇੰਨੀਆਂ ਚੀਜ਼ਾਂ ਨਾਲ نوازਿਆ ਤੇ ਸਵੇਰੇ ਉੱਠ ਕੇ ਜੇ ਸ਼ੁਕਰਾਨਾ ਨਾ ਕਰਾਂ ਤੇ ਮੇਰੇ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਜੇ ਪਰਮਾਤਮਾ ਨੇ ਸੋਨਾ ਸਰੀਰ ਦਿੱਤਾ ਹੈ ਮੈਂ ਉਹਦਾ ਸ਼ੁਕਰਾਨਾ ਅਦਾ ਕਰਾਂਗਾ ਪਰਮਾਤਮਾ ਖਾਣ ਲਈ ਜਿਹੜੀ ਰੋਟੀ ਮੇਰੀ ਥਾਲੀ ਚੋਂਦੀ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਮੇਰੇ ਕੋਲ ਮੇਰਾ ਪਰਿਵਾਰ ਏ ਤੇ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਜੋ ਜੋ ਪਰਮਾਤਮਾ ਨੇ ਮੈਨੂੰ ਚੀਜ਼ ਨਵਾਜੀ ਹੈ ਮੈਂ ਹਰ ਚੀਜ਼ ਦਾ ਸ਼ੁਕਰਾਨਾ ਕਰਾਂਗਾ ਉਹ ਕਹਿੰਦੇ ਫਕੀਰ ਬਾਬਾ ਕਹਿੰਦੇ ਵੀ ਗਿਲਾ ਸ਼ਿਕਵਾ ਕਿਉਂ ਨਹੀਂ ਕਰਦਾ ਕਈ ਵਾਰ ਦੁੱਖ ਵੀ ਆਉਂਦੇ ਹੋਣਗੇ ਕਹਿੰਦੇ ਜਿਹੜੇ ਦੁੱਖ ਨੇ ਉਹ ਮੇਰੇ ਕਰਮਾਂ ਦੇ ਨੇ ਪਰਮਾਤਮਾ ਨੇ ਤੇ ਨਹੀਂ ਦਿੱਤੇ ਨਾ ਜਿਵੇਂ ਦੇ ਕਰਮ ਕਰਾਂਗਾ ਉਵੇਂ ਦੇ ਭੋਗਾਂਗਾ ਪਰ ਜੋ ਚੀਜ਼ਾਂ ਦਿੱਤੀਆਂ ਨੇ ਉਹ ਪਰਮਾਤਮਾ ਨੇ ਦਿੱਤੀਆਂ ਨੇ ਤੇ ਉਹਦਾ ਮੈਂ ਸ਼ੁਕਰਾਨਾ ਅਦਾ ਕਰਾਂਗਾ ਕਹਿੰਦੇ ਫਿਰ ਜਿੱਤੂ ਸ਼ੁਕਰਾਨਾ ਕਰੇਗਾ ਫਿਰ ਤੂੰ ਕਦੀ ਗਰੀਬ ਨਹੀਂ ਹੋਏਗਾ ਉਹ ਕਹਿੰਦੇ ਵੀ ਮੈਂ ਸ਼ੁਕਰਾਨਾ ਨਹੀਂ ਛੱਡ ਸਕਦਾ ਫਿਰ ਹੁਣ ਅੱਗੇ ਜਾਂਦੇ ਆ ਉੱਥੇ ਉਹ ਹੀ ਗਰੀਬ ਹੁੰਦਾ ਕਹਿੰਦੇ ਜੀ ਦੱਸੋ ਪਰਮਾਤਮਾ ਨੇ ਕੀ ਕਿਹਾ ਕਹਿੰਦੇ ਪਰਮਾਤਮਾ ਨੇ ਕਿਹਾ ਵੀ ਤੂੰ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਆਰੰਭ ਕਰ ਤੇ ਜੋ-ਜੋ ਚੀਜ਼ਾਂ ਤੇਰੇ ਕੋਲ ਨੇ ਕਹਿੰਦੇ ਫਕੀਰ ਬਾਬਾ ਪਰਮਾਤਮਾ ਨੇ ਦਿੱਤਾ ਹੀ ਕੀ ਕਾਦੀ ਚੀਜ਼ ਦਾ ਸ਼ੁਕਰਾਨਾ ਕਰਾਂ ਕੀ ਹੈ ਮੇਰੇ ਕੋਲ ਜਿਹਦਾ ਸ਼ੁਕਰਾਨਾ ਕਰਾਂ ਸਰੀਰ ਸਰੀਰ ਦਾ ਸਵਾਗ ਕਰਨਾ ਐਵੇਂ ਕਰਨ ਲੱਗ ਗਿਆ ਪਰਮਾਤਮਾ ਨੇ ਕਿਹਾ ਹੈ ਵੀ ਜੋ ਤੁਹਾਡੇ ਕੋਲ ਹੈ ਉਹਦਾ ਸ਼ੁਕਰਾਨਾ ਕਰਨਾ ਆਰੰਭ ਕਰ ਦੋ ਤੁਹਾਡੀ ਗਰੀਬੀ ਕੱਟੀ ਜਾਵੇਗੀ ਜੋ ਗਿਲੇ ਸ਼ਿਕਵੇ ਕਰਦੇ ਨੇ ਉਹ ਸਿਰਫ ਦੁੱਖ ਪਾਉਂਦੇ ਨੇ ਜੋ ਸ਼ੁਕਰਾਨਾ ਕਰਦੇ ਨੇ ਉਹ ਝੋਲੀਆਂ ਪਰਾ ਕੇ ਲੈ ਜਾਂਦੇ ਨੇ ਹੁਣ ਇਹ ਆਪਾਂ ਤੈਅ ਕਰਨਾ ਹੈ ਆਪਾਂ ਕੀ ਬਣਨਾ ਹੈ